ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਕਮਰ ਸੰਧੂ ਅੱਜ ਦੇ ਸ਼ੋਅ ਦੀ ਓਵਰਵਿਊ 'ਚ ਤੁਹਾਡਾ ਸਭ ਦਾ ਸਵਾਗਤ ਅੱਜ ਪਹਿਲਾਂ ਗੱਲ ਕਰੂੰਗਾ ਸੋਸ਼ਲ ਮੀਡੀਆ ਦੀ ਜੋ ਦੁਨੀਆ ਦੀਆਂ ਖਬਰਾਂ ਅਤੇ ਜਾਣਕਾਰੀ ਵਾਸਤੇ ਇੱਕ ਪਾਸੇ ਵਰਦਾਨ ਸਾਬਤ ਹੋਇਆ ਹੈ ਦੂਜੇ ਪਾਸੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕੁਰਾਹੇ ਪਾਉਣ ਦਾ ਕੰਮ ਵੀ ਕਰ ਰਿਹਾ ਹੈ ਤਾਜ਼ਾ ਉਦਾਹਰਣ ਹੈ ਗੈਂਗਸਟਰ ਗੋਲਡੀ ਬਰਾੜ ਬਾਰੇ ਖਬਰ ਦਾ ਤਿੰਨ ਦਿਨ ਪਹਿਲਾਂ ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਕਿ ਗੋਲਡੀ ਬਰਾੜ ਨੂੰ ਅਮਰੀਕਾ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਖਬਰ ਦੀ ਪੁਸ਼ਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੁਜਰਾਤ ਚ ਕੀਤੀ ਸਾਡੇ ਸਮੇਤ ਸਾਰੇ ਟੀਵੀ ਚੈਨਲਾਂ ਤੇ ਅਤੇ ਅਖਬਾਰਾਂ ਤੇ ਇਹ ਖਬਰ ਲੋਕਾਂ ਨਾਲ ਸਾਂਝੀ ਹੋਈ ਮੈਂ ਵੀ ਇਸ ਬਾਰੇ ਵਿਸ਼ਲੇਸ਼ਣ ਕੀਤਾ ਉਸ ਵੇਲੇ ਵੀ ਕੁਝ ਹਲਕਿਆਂ ਚ ਇਸ ਖਬਰ ਬਾਰੇ ਸ਼ੰਕਾਵਾ ਜਿਤਾਈਆਂ ਜਾ ਰਹੀਆਂ ਸਨ ਹੁਣ ਖਬਰ ਚੱਲ ਰਹੀ ਹੈ ਕਿ ਗੋਲਡੀ ਬਰਾੜ ਨੇ ਖੁਦ ਇੱਕ ਆਡੀਓ ਇੰਟਰਵਿਊ ਚ ਉਹਨੇ ਦਾਅਵਾ ਕੀਤਾ ਹੈ ਕੀ ਉਹ ਗ੍ਰਿਫਤਾਰ ਨਹੀਂ ਹੋਇਆ ਕੀ ਹੈ ਸਚਾਈ ਇਸ ਵਾਕਿਆ ਨੇ ਮੀਡੀਆ ਦੀ ਭੂਮਿਕਾ ਉੱਪਰ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਖੜੇ ਕਰ ਦਿੱਤੇ ਆ ਕਿੰਨਾ ਜ਼ਿੰਮੇਵਾਰ ਹੈ ਸਾਡਾ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਕੀ ਸੋਸ਼ਲ ਮੀਡੀਆ ਉੱਪਰ ਕਿਸੇ ਰੈਗੂਲੇਸ਼ਨ ਦੀ ਲੋੜ ਹੈ ਯਾਨੀ ਨਿਯਮਾਂ ਦੀ ਵਿਵਸਥਾ ਦੀ ਲੋੜ ਹੈ ਅਗਰ ਹੈ ਤਾਂ ਕਿਸ ਤਰ੍ਹਾਂ ਦੀ ਵਿਵਸਥਾ ਫਿਰ ਗੱਲ ਕਰੂੰਗਾ ਪਾਜਪਾ ਦੀ ਜਿਨੇ ਪੰਜਾਬ ਚ ਅਗਲੀਆਂ 2024 ਲੋਕ ਸਭਾ ਚੋਣਾਂ ਵਾਸਤੇ ਤਿਆਰੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਕਿਹੋ ਜਿਹਾ ਰਿਹਾ ਭਾਜਪਾ ਦਾ ਪੰਜਾਬ ਚੋਣਾਂ ਚ ਰਿਕਾਰਡ ਕੀ ਆਨਵੜੀਆਂ ਚੋਣਾਂ ਚ ਭਾਜਪਾ ਵਾਕਿਆ ਹੀ ਇੱਕ ਤਕੜੀ ਧਿਰ ਵਜੋਂ ਉੱਪਰ ਕਿ ਆ ਸਕੇਗੀ ਪਰ ਪਹਿਲੋਂ ਗੱਲ ਸੋਸ਼ਲ ਮੀਡੀਆ ਦੀ ਗੋਲਦੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਬਣੇ ਪੰਬਲ ਪੂਸੇ ਲਈ ਕੌਣ ਹੈ ਜ਼ਿੰਮੇਵਾਰ ਜ਼ਿੰਮੇਵਾਰ ਖੇਲਾਪਾ ਹੁਣ ਤੇ ਸਾਰੇ ਇਸ ਕਲਤੇ ਸਹਿਮਤ ਹੋਣਗੇ ਕਿ ਇਹ ਜਿਹੜਾ ਪੰਬਲ ਪੂਸਾ ਪਿਆ ਵਾ ਇਹਦੇ ਲਈ ਸੋਸ਼ਲ ਮੀਡੀਆ ਜਿਹੜਾ ਵਾ ਉਹ ਜ਼ਿੰਮੇਵਾਰ ਹੈ ਪੰਜਾਬ ਦੇ ਲੋਕ ਹੁਣ ਤੱਕ ਜਿਹੜਾ ਗੋਦੀ ਮੀਡੀਆ ਵਾ ਉਹਨੂੰ ਬਲੇਮ ਆਪਾਂ ਕਰਦੇ ਰਹੇ ਆ ਠੀਕ ਹੈ ਗੋਦੀ ਗੋਦੀ ਮੀਡੀਆ ਜਿਹੜਾ ਵਾ ਉਹ ਵੀ ਕਈ ਗੱਲਾਂ 'ਚ ਬਲੇਮ ਵਰਦੀ ਹੈ ਜ ਕੋਈ ਸ਼ੱਕ ਨਹੀਂ ਪਰ ਮੇਰੇ ਖਿਆਲ ਜਿਸ ਤਰ੍ਹਾਂ ਦੀ ਕੱਟ ਥਰੋਟ ਕੰਪੀਟੀਸ਼ਨ ਆ ਗੜਾ ਵੱਡੂ ਜਿਹੋ ਜਿਹਾ ਇੱਕ ਇੱਕ ਤਰੀਕੇ ਦਾ ਮੁਕਾਬਲਾ ਆਪਣੇ ਪੰਜਾਬੀ ਚੈਨਲਾਂ ਦੇ ਵਿੱਚ ਖਾਸ ਕਰਕੇ ਜਿਹੜੇ YouTube ਚੈਨਲ Web ਚੈਨਲ ਆਗੇ ਉਹਨਾਂ ਦੇ ਵਿੱਚ ਹੋ ਰਿਹਾ ਵਾ ਉਹ ਕਾਫੀ ਇੱਕ ਫਿਕਰ ਦੀ ਗੱਲ ਹੈ ਮੈਂ ਜਿਵੇਂ ਹੁਣੇ ਦੱਸ ਕੇ ਹਟਿਆ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਕਈ ਲੋਕ ਸੂਤਰਾ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਖਬਰ ਚੱਲੀ ਫਿਰ ਕਰੀਬ ਕਰੀਬ ਸਾਰੇ ਜਿਹੜੇ ਟੀਵੀ ਚੈਨਲ ਆ ਤੇ ਸੋਸ਼ਲ ਮੀਡੀਆ ਔਰ ਦੂਜਾ ਮੀਡੀਆ ਜਿਹੜਾ ਵਾ ਉਨੇ ਵੀ ਇਹ ਖਬਰ ਚਲਾਈ ਅਖਬਾਰਾਂ ਚ ਵੀ ਕਰੀਬ ਕੀ ਸਾਰਿਆਂ ਦੇ ਵਿੱਚ ਖਬਰ ਸੁਰਖੀ ਬਣੀ ਇਹਦੇ ਤੇ ਗਾਂ ਵਿਸ਼ਲੇਸ਼ਣ ਵੀ ਹੋਏ ਮੈਂ ਵੀ ਇਹਦੇ ਬਾਰੇ ਵਿਸ਼ਲੇਸ਼ਣ ਕੀਤਾ ਔਰ ਹੋਰ ਵੀ ਇਹਦੇ ਬਾਰੇ ਬਹੁਤ ਕੁਝ ਬਿਆਨਬਾਜ਼ੀ ਜਿਹੜੀ ਆ ਉਹ ਹੋਈ ਕੁਝ ਲੋਕਾਂ ਨੇ ਕਿਹਾ ਕਿ ਹੁਣ ਵਾਕਈ ਕੋਈ ਆਸ ਵੱਜੀ ਆ ਇਹਦੇ ਤੇ ਇਨਸਾਫ ਦੀ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹਦੀ ਹਲੀ ਪੁਸ਼ਟੀ ਨਹੀਂ ਹੋਈ ਇਸ ਗੱਲ ਦੀ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਸੋਸ਼ਲ ਮੀਡੀਆ ਤੇ ਜਿਹੜਾ ਖਬਰ ਚੱਲੀ ਆ ਉਹ ਤੋਂ ਬਾਅਦ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਆ ਉਹਨਾਂ ਨੇ ਜਦੋਂ ਇਹਦੀ ਪੁਸ਼ਟੀ ਕਰਤੀ ਤੇ ਫਿਰ ਮੇਰੇ ਖਿਆਲ ਅਖਬਾਰਾਂ ਨੇ ਔਰ ਟੀਵੀ ਚੈਨਲਾਂ ਨੇ ਵੀ ਇਸ ਖਬਰ ਨੂੰ ਚੁੱਕ ਲਿਆ ਲੱਗਾ ਕਿ ਜੇ ਮੁੱਖ ਮੰਤਰੀ ਨੇ ਕਿਹਾ ਬਾਤ ਓਬਵੀਅਸਲੀ ਉਹਨਾਂ ਦੇ ਸੂਤਰ ਹੋਣਗੇ ਪੰਜਾਬ ਪੁਲਿਸ ਨੇ ਕਨਫਰਮ ਕੀਤਾ ਹੋਊਗਾ ਕੇਂਦਰ ਦੀਆਂ ਏਜੰਸੀਆਂ ਨਾਲ ਜਰੂਰ ਗੱਲਬਾਤ ਗੱਲ ਕੀਤੀ ਹੋਊਗੀ ਕਨਫਰਮ ਕਰਨ ਤੋਂ ਪਹਿਲੋਂ ਪਰ ਇੱਕ ਗੱਲ ਦੀ ਹੈਰਾਨਗੀ ਉਦੋਂ ਵੀ ਸੀ ਕਿ ਕੇਂਦਰ ਦੀ ਕੋਈ ਜਿਹੜੀ ਸੁਰੱਖਿਆ ਏਜੰਸੀ ਹੈ ਐਨਆਈਏ ਜਾਂ ਹੋਰ ਏਜੰਸੀ ਜਿਹੜੀ ਆ ਉਹ ਇਸ ਗੱਲ ਦੀ ਪੁਸ਼ਟੀ ਕਿਉਂ ਨਹੀਂ ਕਰ ਰਹੀ ਸੋ ਇਸ ਕਰਕੇ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਬਿਨਾ ਆਪਣੇ ਵੱਲੋਂ ਕਨਫਰਮ ਕੀਤੇ ਇਹ ਗੱਲ ਜਿਹੜੀ ਇਹਦੀ ਪੁਸ਼ਟੀ ਨਹੀਂ ਸੀ ਕਰਨੀ ਚਾਹੀਦੀ ਸੋ ਮੁਖਤ ਤੌਰ ਤੇ ਮੇਰਾ ਖਿਆਲ ਆ ਵੈਸੇ ਤਾਂ ਸਾਰਾ ਹੀ ਮੀਡੀਆ ਜ਼ਿੰਮੇਵਾਰ ਆ ਮੈਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭਜਦੇ ਔਰ ਕਿਉਂਕਿ ਮੈਂ ਇਹਦੇ ਬਾਰੇ ਵਿਸ਼ਲੇਸ਼ਣ ਵੀ ਕੀਤਾ ਸੋ ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਇਸ ਵਾਸਤੇ ਔਰ ਮੈਨੂੰ ਵੀ ਇਹਦੇ ਵਾਸਤੇ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਹਾਲੇ ਵੀ ਕਨਫਰਮ ਨਹੀਂ ਹੋਈ ਕਿ ਵਾਕਈ ਉਹ ਅਰੈਸਟ ਹੋਇਆ ਕਿ ਨਹੀਂ ਹੋਇਆ ਕਿਉਂਕਿ ਹੁਣ ਉਹਨੇ ਇੱਕ ਆਡੀਓ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਕਿ ਉਹ ਅਰੈਸਟ ਹੋਇਆ ਹੀ ਨਹੀਂ ਸੋ ਇਹਦੇ ਤੇ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਨੂੰ NIA ਜਾਂ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਇਹਦੀ ਕਨਫਰਮੇਸ਼ਨ ਕਰਨੀ ਚਾਹੀਦੀ ਹੈ ਕਿ ਵਾਕਈ ਅਰੈਸਟ ਹੋਇਆ ਹੈ ਜਾਂ ਨਹੀਂ ਹੋਇਆ ਕਿਉਂਕਿ ਉਹ ਤੇ ਆਬਵੀਅਸਲੀ ਗਵਰਨਟੂ ਗਵਰਨਟ ਲੈਵਲ ਤੇ ਪਤਾ ਕਰੀ ਸਕਦੇ ਆ ਪਰ ਮੁੱਖ ਤੌਰ ਤੇ ਜੇ ਇਹ ਗੱਲ ਸੱਚੀ ਨਹੀਂ ਤੇ ਸੋਸ਼ਲ ਮੀਡੀਆ ਡੈਫੀਨਿਟਲੀ ਪਹਿਲੇ ਨੰਬਰ ਤੇ ਬਲੇਮ ਵਰਦੀ ਆ ਫਿਰ ਬਾਕੀ ਮੀਡੀਆ ਔਰ ਇਸ ਤੋਂ ਨਾਲ-ਨਾਲ ਇਹਦੇ ਨਾਲ-ਨਾਲ ਇਸ ਤੋਂ ਜ਼ਿਆਦਾ ਸਿਹਤ ਜ਼ਿੰਮੇਵਾਰੀ ਜਿਹੜੀ ਬਣ ਜਾਂਦੀ ਆ ਉਹ ਸਰਕਾਰ ਦੀ ਬਣ ਜਾਂਦੀ ਕਿਉਂਕਿ ਸਰਕਾਰ ਦੀ ਇੱਕ ਕ੍ਰੈਡੀਬਿਲਟੀ ਹੁੰਦੀ ਆ ਔਰ ਉਹ ਕ੍ਰੈਡੀਬਿਲਟੀ ਜਿਹੜੀ ਆ ਸਰਕਾਰ ਕਿਸੇ ਵੀ ਕੀਮਤ ਦੇ ਵਿੱਚ ਗਵਾ ਨਹੀਂ ਸਕਦੀ ਹੁਣ ਆਪਾਂ ਨੈਕਸਟ ਇਸ਼ੂ ਤੇ ਆਉਨੇ ਆ ਇਸ ਤਾਜ਼ੇ ਵਾਕਿਆ ਤੋਂ ਮੀਡੀਆ ਵਾਸਤੇ ਕੀ ਹੈ ਸਬਕ ਅ ਵੈਸੇ ਤੇ ਮੈਂ ਆਪਕੀ ਆਲਮੋਸਟ 40 ਸਾਲ মিডিਆ ਲਾਈਨ ਦੇ ਵਿੱਚ ਜੁੜੇ ਰਿਹਾ ਹਾਂ ਅਖਬਾਰਾਂ ਦੇ ਵਿੱਚ ਕੰਮ ਕੀਤਾ ਬਤੌਰ ਰਿਪੋਰਟਰ ਮੈਂ ਸੰਪਾਦਕ ਵੀ ਰਿਹਾ ਹਾਂ ਔਰ ਹਮੇਸ਼ਾ ਮੈਂ ਬਤੌਰ ਸੰਪਾਦਕ ਆਪਣੇ ਰਿਪੋਰਟਰਸ ਨੂੰ ਹਮੇਸ਼ਾ ਇਹੋ ਹੀ ਕਹਿੰਦਾ ਰਿਹਾ ਹਾਂ ਕਿ ਆਪਾਂ ਸਿਰਫ ਸੂਤਰਾਂ ਦੇ ਆਧਾਰ ਤੇ ਕੋਈ ਖਬਰ ਨਹੀਂ ਚਲਾ ਸਕਦੇ ਅਨਲੈਸ ਕੋਈ ਸੂਤਰ ਜਿਹੜਾ ਵਾ ਤੁਹਾਡਾ ਜਿਵੇਂ ਕੋਈ ਡੀਜੀਪੀ ਵਰਗਾ ਉਸ ਲੈਵਲ ਦਾ ਬੰਦਾ ਜਿਹੜਾ ਵਾ ਬਿਲਕੁਲ ਜਿਹੜਾ ਕਨਫਰਮਡ ਨਿਊਜ਼ ਤੁਹਾਨੂੰ ਦਿੰਦਾ ਰਹਿੰਦਾ ਵਾ ਉਹ ਤੁਹਾਨੂੰ ਕੋਈ ਚੀਜ਼ ਕਨਫਰਮ ਕਰਦਾ ਔਰ ਕਹਿੰਦਾ ਮੈਨੂੰ ਕੋਟ ਨਾ ਕਰਿਓ ਫਿਰ ਤੇ ਆਪਾਂ ਚਲਾ ਸਕਦੇ ਆ ਪਰ ਜਦੋਂ ਸੂਤਰ ਜਿਹੜੇ ਆ ਉਹ ਬਿਲਕੁਲ ਵਿਸ਼ਵਾਸਵਲੇ ਨਾ ਹੋਣ ਤੇ ਉਹ ਖਬਰ ਕਦੀ ਨਹੀਂ ਚਲਾਉਣੀ ਚਾਹੀਦੀ ਅਨਲੈਸ ਮੈਂ ਇਨਸਿਸਟ ਕਰਦਾ ਹਾਂ ਦਸੀ ਔਰ ਮੈਂ ਪ੍ਰੈਕਟਿਸ ਵੀ ਕਰਦਾ ਰਿਹਾ ਕਿ ਜਾਂ ਤੇ ਜਿਹੜਾ ਸੂਤਰ ਆ ਉਹ ਆਪਣਾ ਨਾਂ ਦੱਸਣ ਨੂੰ ਤਿਆਰ ਹੋਵੇ ਜਾਂ ਫਿਰ ਉਹ ਇੱਕ ਫਾਈਲ ਜਿਹੜੀ ਆ ਜਾਂ ਅਫੀਸ਼ੀਅਲ ਕਾਗਜ਼ਾਤ ਜਿਹੜੇ ਆ ਦਸਤਾਵੇਜ਼ ਉਹ ਤਾਂ ਦਿਖਾ ਦੇਵੇ ਵੀ ਕੋਰਟ ਨਹੀਂ ਕਰਨਾ ਇਹ ਦਸਤਾਵੇਜ਼ ਜਿਹੜੇ ਇਹਨਾਂ ਨੂੰ ਕੋਰਟ ਨਹੀਂ ਕਰਨਾ ਪਰ ਆ ਵੇਖ ਲਓ ਤੁਸੀਂ ਦਸਤਾਵੇਜ਼ ਫਿਰ ਤੇ ਤੁਸੀਂ ਖਬਰ ਚਲਾ ਸਕਦੇ ਜੀ ਲੇਕਿਨ ਅਦਰਵਾਈਜ਼ ਮੇਰੇ ਖਿਆਲ ਬਹੁਤ ਵਰੀ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਸਾਥੀ ਆ ਉਹ ਸਿਰਫ ਸੂਤਰਾਂ ਦੇ ਆਧਾਰ ਤੇ ਬਿਨਾ ਕਨਫਰਮ ਕੀਤੇ ਬਿਨਾ ਦਸਤਾਵੇਜ਼ ਵੇਖੇ ਬਿਨਾ ਫਾਈਲਾਂ ਵੇਖੇ ਆਪਾਂ ਖਬਰ ਜਿਹੜੀ ਆ ਚਲਾ ਦਿੰਨੇ ਆ ਇਹ ਲੋਕਾਂ ਨੂੰ ਇੱਕ ਤਰੀਕੇ ਨਾਲ ਗੁੰਮਰਾਹ ਕਰਨ ਦੇ ਬਰਾਬਰ ਆ ਉਸ ਤੋਂ ਬਾਅਦ ਜਦੋਂ ਮੇਨ ਲਾਈਨ মিডিਆ ਵਾ ਅਖਬਾਰਾਂ ਟੀਵੀ ਚੈਨਲਸ ਸੈਟਲਾਈਟ ਚੈਨਲਸ ਉਹਨਾਂ ਨੂੰ ਜੇ ਕੋਈ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਆ ਤੇ ਉਹਨਾਂ ਨੂੰ ਆਪਣੇ ਲੈਵਲ ਤੇ ਉਸ ਖਬਰ ਚਲਾਉਣ ਤੋਂ ਪਹਿਲਾਂ ਪਹਿਲਾਂ ਉਹ ਖਬਰ ਕਨਫਰਮ ਕਰਨੀ ਚਾਹੀਦੀ ਆ ਆਪਣੇ ਸੂਤਰਾਂ ਤੋਂ ਕਨਫਰਮ ਕਰਨੀ ਚਾਹੀਦੀ ਆ ਸਰਕਾਰ ਤੋਂ ਕਨਫਰਮ ਕਰਨੀ ਚਾਹੀਦੀ ਆ ਔਰ ਇਹਨਾਂ ਲੋਕਾਂ ਜਿਹਨਾਂ ਤੋਂ ਤੁਸੀਂ ਕਨਫਰਮ ਕਰ ਰਹੇ ਜੇ ਉਹਨਾਂ ਨੂੰ ਕੋਟ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਅ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਅਖਬਾਰਾਂ ਨੇ ਟੀਵੀ ਚੈਨਲਾਂ ਨੇ ਕਿਸੇ ਨੇ ਨਹੀਂ ਕਿਹਾ ਕਿ ਇਹ ਸੋਸ਼ਲ ਮੀਡੀਆ ਦੀ ਖਬਰ ਆ ਅਸੀਂ ਇੰਡੀਪੈਂਡੈਂਟ ਸੋਰਸਸ ਤੋਂ ਇਹਨੂੰ ਕਨਫਰਮ ਨਹੀਂ ਕਰ ਸਕੇ ਐਟ ਲੀਸਟ ਲੋਕਾਂ ਨੂੰ ਪਤਾ ਲੱਗਦਾ ਨਾ ਕਿ ਇਹ ਵਾਕਈ 100% ਕਨਫਰਮਡ ਖਬਰ ਨਹੀਂ ਹੈ ਸੋ ਥੈਟ ਉਹਦੇ ਉੱਤੇ ਐਨਾਲਿਸਿਸ ਅਤੇ ਬਿਆਨਬਾਜ਼ੀ ਜਿਹੜੀ ਆ ਉਹ ਨਾ ਹੋਵੇ ਇਸ ਤੋਂ ਇਲਾਵਾ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਸਬਕ ਹੈ ਕਿ ਜਦੋਂ ਕੋਈ ਖਬਰ ਆਉਂਦੀ ਆ ਮੀਡੀਆ ਦੇ ਉੱਤੇ ਤੇ ਉਹਨੂੰ ਤੁਸੀਂ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਤੇ ਕਨਫਰਮ ਕਰੋ ਇਸ ਤੋਂ ਪਹਿਲਾਂ ਕਿ ਤੁਸੀਂ ਉਹਨੂੰ ਲੋਕਾਂ ਦੇ ਨਾਲ ਸਾਂਝੀ ਕਰੋ ਆਫਟਰ ਆਲ ਸਰਕਾਰ ਨੂੰ ਕਦੀ ਵੀ ਨੰਬਰ ਲੈਂਡ ਨੰਬਰ ਗੇਮ ਦੇ ਵਿੱਚ ਨੰਬਰ ਲੈਂਡ ਵੀ ਮੈਨੂੰ ਮੇਰੇ ਨੰਬਰ ਹੋਰ ਬਣ ਜਾਣਗੇ ਉਸ ਚੱਕਰ 'ਚ ਕਦੀ ਨਹੀਂ ਪੈਣਾ ਚਾਹੀਦਾ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਆਪਣੇ ਲੈਵਲ ਦੇ ਉੱਤੇ ਸਾਡੀ ਐਮਬੈਸੀ ਦੇ ਨਾਲ ਅਮਰੀਕਾ ਦੇ ਵਿੱਚ ਕਨਫਰਮ ਕਰਨਾ ਚਾਹੀਦਾ ਸੀ ਸੰਪਰਕ ਕਰਨਾ ਚਾਹੀਦਾ ਸੀ ਉਹ ਤੋਂ ਕਨਫਰਮ ਕਰਨ ਤੋਂ ਬਾਅਦ ਹੀ ਮੁੱਖ ਮੰਤਰੀ ਬਹੁਤ ਵੱਡਾ ਅਹੁਦਾ ਹੁੰਦਾ ਐਗਜ਼ੀਕਟਿਵ ਹੈਡ ਆਫ ਸਟੇਟ ਦਾ ਸੋ ਉਹਨੂੰ ਇਸ ਤਰ੍ਹਾਂ ਬਿਨਾ ਕਨਫਰਮ ਕੀਤੇ ਖਬਰ ਨਹੀਂ ਸੀ ਚਲਣੀ ਚਾਹੀਦੀ ਔਰ ਮੈਂ ਫਿਰ ਕਹਿਣਾ ਚਾਹਣਾ ਹਾਂ ਆਪੇ ਹੁਣ ਵੀ ਹਾਲੀ ਕਨਫਰਮੇਸ਼ਨ ਨਹੀਂ ਕਿ ਬੁਲਦੀ ਬਰਾੜ ਅਰੈਸਟ ਹੋਇਆ ਕਿ ਨਹੀਂ ਹੋਇਆ ਔਰ ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਗਵਰਨਮੈਂਟ ਆਫ ਇੰਡੀਆ ਨਾਲ ਸੰਪਰਕ ਕਰਨਾ ਚਾਹੀਦਾ ਵਾ ਕਿ ਉਹ ਕਨਫਰਮ ਕਰਨ ਕਿ ਉਹ ਹੈਵ ਹੈਰਾਸਤ ਦੇ ਵਿੱਚ ਜਾਂ ਨਹੀਂ ਹਰਾਸਤ ਦੇ ਵਿੱਚ ਕਿਉਂਕਿ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਆਪਣੀ ਕ੍ਰੈਡੀਬਿਲਟੀ ਜਿਹੜੀ ਆ ਉਹ ਨਹੀਂ ਗਵਾ ਸਕਦੀ ਸੋ ਇਸ ਕਰਕੇ ਹੁਣ ਵੀ ਹਾਲੀ ਕਿਉਂਕਿ ਇਹ ਖਬਰ ਕਨਫਰਮ ਨਹੀਂ ਹੋ ਰਹੀ ਗਵਰਨਮੈਂਟ ਟੂ ਗਵਰਨਮੈਂਟ ਲੈਵਲ ਦੇ ਉੱਤੇ ਸਰਕਾਰ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਖਬਰ ਦੀ ਕਨਫਰਮੇਸ਼ਨ ਕਰੇ ਸੋ ਸਾਡੇ ਸਾਰਿਆਂ ਵਾਸਤੇ ਕਈ ਸਬਕ ਆ ਇਸ ਗੱਲ ਤੋਂ ਹੁਣ ਆਪਾਂ ਨੈਕਸਟ ਮਸਲੇ ਤੇ ਆਉਨੇ ਆ ਕੀ ਸੋਸ਼ਲ ਮੀਡੀਆ ਉੱਪਰ ਨਿਗਰਾਨੀ ਲਈ ਕੋਈ ਨਿਯਮ ਬਣਾਉਣ ਦੀ ਹੈ ਲੋੜ ਮੇਰਾ ਖਿਆਲ ਹੈ ਕਿ ਭਾਰਤ ਦੇ ਵਿੱਚ ਮੀਡੀਆ ਦੇ ਉੱਤੇ ਕઈ ਤਰ੍ਹਾਂ ਦੀਆਂ ਸਰਕਾਰ ਵੱਲੋਂ ਰੈਗੂਲੇਸ਼ਨ ਨਹੀਂ ਹੈ ਪਰ ਸੈਲਫ ਰੈਗੂਲੇਸ਼ਨਸ ਬਹੁਤ ਹੈ ਪ੍ਰਿੰਟ ਮੀਡੀਆ ਦੇ ਉੱਤੇ ਇੱਕ ਸਭ ਤੋਂ ਵੱਡੀ ਸੈਲਫ ਰੈਗੂਲੇਸ਼ਨ ਹੈ ਪ੍ਰੈਸ ਕੌਂਸਲ ਆਫ ਇੰਡੀਆ ਹਾਲਾਂਕਿ ਪ੍ਰੈਸ ਕੌਂਸਲ ਸਿਰਫ ਸੁਝਾਵੀ ਦੇ ਸਕਦੀ ਹੈ ਅ ਲੇਕਿਨ ਉਹ ਜੇ ਕੋਈ ਗਲਤੀ ਕਰਦਾ ਵਾ ਤੋ ਉਹਨੂੰ ਝਾੜ ਵੀ ਲਾਉਂਦੇ ਆ ਔਰ ਉਹ ਝਾੜ ਦੀ ਖਬਰ ਵੀ ਕਈ ਵਾਰ ਬਣਦੀ ਐ ਪ੍ਰੈਸ ਕੌਂਸਲ ਜਿਹੜੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 1960 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਉਸੇ ਤਰ੍ਹਾਂ ਜਿਹੜਾ ਟੀਵੀ মিডিਆ ਵਾ ਉਹਦੇ ਵਾਸਤੇ ਬ੍ਰਾਡਕਾਸਟਰਸ ਐਸੋਸੀਏਸ਼ਨ ਆ ਉਹ ਵੀ ਇੱਕ ਤਰੀਕੇ ਦੀ ਸੈਲਫ ਰੈਗੂਲੇਸ਼ਨ ਆ ਸਰਕਾਰ ਵੱਲੋਂ ਕੋਈ ਇਹੋ ਜੇ ਕੋਈ ਰੈਗੂਲੇਟਰੀ ਬਾਡੀ ਨਹੀਂ ਬਣੀ ਨਾ ਹੀ ਬਣਨੀ ਚਾਹੀਦੀ ਆ ਪਰ ਆਪਣੇ ਇੰਡੀਆ ਦੇ ਵਿੱਚ ਜਿਹੜਾ মিডিਆ ਵਾ ਉਹ ਕਾਫੀ ਹੱਦ ਤੱਕ ਸੁਤੰਤਰ ਆ ਹਾਲਾਂਕਿ ਸਾਡੇ ਸੰਵਿਧਾਨ ਦੇ ਵਿੱਚ ਕੋਈ ਇਹੋ ਜੀ ਪ੍ਰੋਵੀਜ਼ਨ ਨਹੀਂ ਕੀ মিডিਆ ਦੀ ਸੁਤੰਤਰਤਾ ਬਾਰੇ ਹਾਂ ਫਰੀडम ਆਫ ਅ ਸਪੀਚ ਐਂਡ ਐਕਸਪ੍ਰੈਸ਼ਨ ਸਾਡੇ ਸੰਵਿਧਾਨ ਦੇ ਵਿੱਚ ਸਾਡੀਆਂ ਫੰਡਮੈਂਟਲ ਰਾਈਟਸ ਦੇ ਵਿੱਚ ਜ਼ਰੂਰ ਹੈ ਲੇਕਿਨ ਜਿਵੇਂ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਫਰਸਟ ਐਮੈਂਡਮੈਂਟ ਹੈ ਪਹਿਲੀ ਸੋਧ ਜਿਹੜੀ ਆ ਉਹ ਮੀਡੀਆ ਦੀ ਫ੍ਰੀडम ਬਾਰੇ ਆ ਲੇਕਿਨ ਉਹ ਜੀ ਸਾਡੇ ਇੰਡੀਆ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਉਹ ਜੀ ਪ੍ਰੋਵੀਜ਼ਨ ਨਹੀਂ ਹੈ ਲੇਕਿਨ ਫਿਰ ਵੀ ਸ਼ੁਕਰ ਮਨਾਉਣਾ ਚਾਹੀਦਾ ਕਿ ਸਰਕਾਰ ਨੇ ਕੋਈ ਹੁਣ ਤੱਕ ਆਪਣੇ ਵੱਲੋਂ ਕੋਈ ਰੈਗੂਲੇਟਰੀ ਬਾਡੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਜਦੋਂ ਦਾ ਸੋਸ਼ਲ ਮੀਡੀਆ ਆਇਆ ਵਾ ਫੇਸਬੁੱਕ ਟਵਿੱਟਰ ਇੰਸਟਾਗ੍ਰam ਹੋਰ ਜਿਹੜਾ ਸੋਸ਼ਲ ਮੀਡੀਆ ਆਇਆ ਵਾ ਜਿਹੜੋਂ ਦਾ ਆਇਆ ਵਾ ਸਰਕਾਰ ਦੀ ਕੋਸ਼ਿਸ਼ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਤੇ ਕੰਟਰੋਲ ਕਰ ਸਕੀਏ ਪਰ ਫਿਰ ਵੀ ਮੇਰਾ ਆਪਣਾ ਮੰਨਣਾ ਵਾ ਕਿ ਇਹੋ ਜਿਹਾ ਕੰਟਰੋਲ ਜਿਹੜਾ ਵਾ ਸਾਨੂੰ ਰੈਜ਼ਿਸਟ ਕਰਨਾ ਚਾਹੀਦਾ ਵਾ ਸਾਨੂੰ ਸੈਲਫ ਰੈਗੂਲੇਸ਼ਨ ਕਰਨੀ ਚਾਹੀਦੀ ਇਹਦਾ ਮਤਲਬ ਹੈ ਵੀ ਸਾਰੇ ਜਿੰਨੇ ਵੈਬ ਚੈਨਲ ਆ ਜਿੰਨੇ YouTube ਚੈਨਲ ਆ ਉਹਨਾਂ ਨੂੰ ਆਪਣੀ ਇੱਕ ਬਾਡੀ ਬਣਾਉਣੀ ਚਾਹੀਦੀ ਹੈ ਠੀਕ ਹੈ ਤੁਸੀਂ ਆਪਸ ਦੇ ਵਿੱਚ ਕੰਪੀਟ ਕਰੋ ਕਟਥਰੋਟ ਕੰਪੀਟੀਸ਼ਨ ਵੀ ਰੱਖੋ ਪਾਵੇਂ ਗੜਾ ਵੱਡੂ ਮੁਕਾਬਲਾ ਵੀ ਇੱਕ ਦੂਜੇ ਨਾਲ ਕਰੋ ਲੇਕਿਨ ਫਿਰ ਵੀ ਇੱਕ ਲੈਵਲ ਤੇ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿਵੇਂ ਅਖਬਾਰਾਂ ਕਰਦੀਆਂ ਟੀਵੀ ਚੈਨਲ ਕਰਦੇ ਆ ਇੱਕ ਲੈਵਲ ਤੇ ਇਕੱਠੇ ਹੋ ਕੇ ਇੱਕ ਸੈਲਫ ਰੈਗੂਲੇਟਰੀ ਬਾਡੀ ਬਣਾਉਣੀ ਚਾਹੀਦੀ ਆ ਤਾਂ ਕਿ ਜਦੋਂ ਵੀ ਕੋਈ ਗਲਤੀ ਹੋਵੇ ਉਦੋਂ ਕੋਈ ਨਾ ਕੋਈ ਉਸ ਤੋਂ ਸਬਕ ਲਿਆ ਜਾ ਸਕੇ ਔਰ ਅੱਗੇ ਤੋਂ ਗਲਤੀ ਨਾ ਹੋਵੇ ਮੇਰਾ ਖਿਆਲ ਸੈਲਫ ਰੈਗੂਲੇਟਰੀ ਬਾਡੀ ਦੇ ਨਾਲ-ਨਾਲ ਇੱਕ ਮੀਡੀਆ ਦੀ ਓਵਰਵਾਚ ਮੀਡੀਆ ਵਾਚ ਵਰਗੀ ਇੱਕ ਸੰਸਥਾ ਜਿਹੜੀ ਆ ਉਹਦੀ ਵੀ ਸਥਾਪਨਾ ਕਰਨ ਦੀ ਲੋੜ ਆ ਇੱਕ ਬਹੁਤ ਵਧੀਆ ਸੰਸਥਾ 1985 ਚ ਬਣੀ ਆ ਅੰਤਰਰਾਸ਼ਟਰੀ ਲੈਵਲ ਤੇ ਰਿਪੋਰਟਰਸ ਵਿਦਾਊਟ ਬਾਰਡਰਸ ਉਹਦੀ 1995 ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਵੀ ਹੋ ਗਈ ਔਰ ਇਹ ਬਾਡੀ ਜਿਹੜੀ ਆ ਕੰਟਰੀਬਿਊਸ਼ਨਸ ਨਾਲ ਚਲਦੀ ਹੈ ਕੋਈ ਸਰਕਾਰ ਦਾ ਕੰਟਰੋਲ ਨਹੀਂ 노 ਪ੍ਰੋਫਿਟ 노 ਲਾਸ ਤੇ ਚਲਦੀ ਆ ਉਹ ਆ ਪਤਾ ਕਰਦੇ ਰਹਿੰਦੇ ਆ ਕਿ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਮੀਡੀਆ ਸੁਤੰਤਰ ਹੈ ਕਿਹੜੇ ਕਿਹੜੇ ਕੰਟਰੀਜ਼ ਦੇ ਵਿੱਚ ਮੁਲਕਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਉਹਦੇ ਤੇ ਪਾਬੰਦੀਆਂ ਵਾਂ ਔਰ ਉਹ ਫਿਰ ਆਪਣੀ ਹਰ ਸਾਲ ਰਿਪੋਰਟ ਨਸ਼ਰ ਕਰਦੇ ਆ ਬਹੁਤ ਅੱਖਾਂ ਖੋਲਣ ਵਾਲੀ ਰਿਪੋਰਟ ਹੁੰਦੀ ਉਹਨਾਂ ਦੀ ਹਰ ਸਾਲ ਔਰ ਉਹ ਇੱਕ ਹਰ ਸਾਲ ਇੱਕ ਹੋਰ ਵੀ ਰਿਪੋਰਟ ਪੇਸ਼ ਕਰਦੇ ਆ ਪ੍ਰੈਸ ਫਰੀडम ਇੰਡੈਕਸ ਦੋਜ਼ ਆ ਬਾਈ ਦੇ ਵਿੱਚ ਯੂਨਾਈਟਿਡ ਨੇ ਰਿਪੋਰਟ ਇਸ ਤਰ੍ਹਾਂ ਪੇਸ਼ ਕੀਤੀ ਆ 180 ਮੁਲਕ ਆ ਜਿਨ੍ਹਾਂ ਦੀ ਉਹ ਕੋਕ ਕਰਕੇ ਰਿਪੋਰਟ ਪੇਸ਼ ਕਰਦੇ ਆ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਟਰੀ ਦਾ ਦੇ ਵਿੱਚ ਵਾਕਈ ਪ੍ਰੈਸ ਤੋਂ ਸੁਤੰਤਰ ਆ 2022 ਰਿਪੋਰਟ ਦੇ ਵਿੱਚ ਸਭ ਤੋਂ ਸੁਤੰਤਰ ਜਿਹੜੇ ਮੁਲਕਾਂ ਦੇ ਵਿੱਚ ਪ੍ਰੈਸ ਹੈ ਉਹ ਹੈ ਨਾਰਵੇ ਸਵੀਡਨ ਫਿਨਲੈਂਡ ਇਹ ਮੁਲਕ ਇੰਡੀਆ ਕੋ ਬਹੁਤਾ ਉੱਤੇ ਨਹੀਂ ਆ ਉਹ ਉਤਲੇ ਦਰਜੇ ਦੇ ਵਿੱਚ ਨਹੀਂ ਹੈ 180 ਦੇ ਵਿੱਚੋਂ ਸਾਡਾ ਨੰਬਰ 150 ਦੇ ਵਿੱਚ ਹੈ ਸੋ ਇਸ ਕਰਕੇ ਸਾਨੂੰ ਵਾਕਈ ਪ੍ਰੈਸ ਨੂੰ ਇਹ ਨਹੀਂ ਵੀ ਸਰਕਾਰ ਕੋਈ ਦਬਾਅ ਪਾ ਰਹੀ ਹੈ ਦੇ ਬਾਤੇ ਸਰਕਾਰ ਪਾਉਂਦੀਆਂ ਆ ਸਾਰੀਆਂ ਸਰਕਾਰਾਂ ਪਾਉਂਦੀਆਂ ਹੋਣੀਆਂ ਪਰ ਸਾਡਾ ਮੀਡੀਆ ਆਪਣੇ ਆਪ ਹੀ ਮੇਰੇ ਖਿਆਲ ਸਰਕਾਰ ਦੀ ਬੋਲੀ ਬੋਲਣ ਲੱਗ ਪੈਂਦਾ ਵਾ ਸੋ ਇਸ ਕਰਕੇ ਸਾਡੀ ਕੋਈ ਬਹੁਤੀ ਇਸ ਵੇਲੇ ਹਾਲਾਂਕਿ ਸੰਵਿਧਾਨਿਕ ਤੌਰ ਤੇ ਪਾਬੰਦੀ ਨਹੀਂ ਹੈ ਪਰ ਕੋਈ ਬਹੁਤਾ ਮੀਡੀਆ ਫਰੀ ਇੰਡੀਆ ਦੇ ਵਿੱਚ ਫਰੀ ਨਹੀਂ ਹੈ ਇਸ ਤਰ੍ਹਾਂ ਦੀ ਬੋਡੀ ਸਾਨੂੰ ਪੰਜਾਬੀ ਮੀਡੀਆ ਦੇ ਵਿੱਚ ਵੀ ਬਣਾਉਣ ਦੀ ਲੋੜ ਆ ਜਿੰਨੇ ਵੈਬ ਚੈਨਲ ਆ ਜਿੰਨੇ ਯੂਟਿਊਬ ਚੈਨਲ ਆ ਉਹਨਾਂ ਨੂੰ ਸਾਰੇ ਇਕੱਠੇ ਹੋ ਕੇ ਬੜੀ ਬਣਾਉਣੀ ਚਾਹੀਦੀ ਆ ਜਿਵੇਂ ਆ ਵਾਕਿਆ ਹੋਇਆ ਗੋਲਡੀ ਬਰਾੜ ਦੀ ਅਰੈਸਟ ਵਾਲਾ ਵਾਕਿਆ ਇਦੇ ਚ ਕਿੰਨੇ ਗਲਤੀ ਕੀਤੀ ਕਿੰਨੇ ਬਾਖੀਆਂ ਨੇ ਫਿਰ ਕਿਵੇਂ ਗਲਤੀ ਕੀਤੀ ਜਿਨ੍ਹਾਂ ਨੇ ਖਬਰ ਬਿਨਾ ਪੁਸ਼ਟੀ ਦੇ ਚਲਾਈ ਉਹ ਜੇ ਇਸ ਤਰ੍ਹਾਂ ਦੀ ਰਿਪੋਰਟ ਪੇਸ਼ ਕਰਨ ਤੇ ਅੱਗੇ ਤੋਂ ਲੋਕਾਂ ਨੂੰ ਵੀ ਪਤਾ ਲੱਗੂਗਾ ਕਿ ਆਪ ਮੀਡੀਆ ਜਿਹੜਾ ਵਾ ਜਾਂ ਆ ਸੋਸ਼ਲ ਮੀਡੀਆ ਵੇ ਤੇ ਇਤਬਾਰ ਕਰਨ ਤੋਂ ਪਹਿਲਾਂ ਦੋ ਵਾਰੀ ਸੋਚੋ ਔਰ ਉਹ ਮੀਡੀਆ ਨੂੰ ਵੀ ਕੰਨ ਹੋ ਜਾਣਗੇ ਉਹ ਵੀ ਸਤਰਕ ਹੋ ਜਾਊਗਾ ਕਿ ਅੱਗੇ ਤੋਂ ਗਲਤੀ ਨਾ ਕਰੀਏ ਸੋ ਇਸ ਕਰਕੇ ਸਾਨੂੰ ਸੈਲਫ ਰੈਗੂਲੇਸ਼ਨ ਦੀ ਵੀ ਸੋਸ਼ਲ ਮੀਡੀਆ ਚ ਲੋੜ ਹੈ ਔਰ ਇੱਕ ਮੀਡੀਆ ਓਵਰਸਾਈਟ ਬਾਡੀ ਦੀ ਵੀ ਲੋੜ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜਾ ਮੀਡੀਆ ਜ਼ਿੰਮੇਵਾਰ ਆ ਤੇ ਕਿਹੜਾ ਮੀਡੀਆ ਜ਼ਿੰਮੇਵਾਰ ਨਹੀਂ ਖੈਰ ਇਹ ਤੇ ਸੀ ਸੋਸ਼ਲ ਮੀਡੀਆ ਦੀ ਗੱਲ ਪਰ ਮੈਂ ਇਥੇ ਫਿਰ ਇੱਕ ਵਾਰ ਫਿਰ ਕਹਿਣਾ ਚਾਹਣਾ ਵਾਂ ਅਗਰੇ ਮਸਲੇ ਤੇ ਜਾਣ ਤੋਂ ਪਹਿਲੋਂ ਕਿ ਮੀਡੀਆ ਨੇ ਇਸ ਮਸਲੇ ਦੇ ਵਿੱਚ ਥੋੜਾ ਜਿਹਾ ਗੈਰ ਜ਼ਿੰਮੇਵਾਰਾਨਾ ਬਿਹੇਵੀਅਰ ਜ਼ਰੂਰ ਦਿਖਾਇਆ ਵਾ ਔਰ ਉਹਦੇ ਚ ਸਾਰੇ ਹੀ ਅਸੀਂ ਸ਼ਾਮਿਲ ਆ ਸਾਡਾ ਚੈਨਲ ਵੀ ਉਹਦੇ ਚ ਬਾਕੀਆਂ ਦੇ ਨਾਲ ਸ਼ਾਮਿਲ ਆ ਮੈਂ ਇਹਦੇ ਤੇ ਵਿਸ਼ਲੇਸ਼ਣ ਕੀਤਾ ਸੋ ਇਹਦੇ ਵਾਸਤੇ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਕੁਝ ਹੱਦ ਤੱਕ ਮਿਸਲੀਡ ਕਰਨ ਵਾਸਤੇ ਇਹ ਖਬਰ ਬਿਨਾ ਪੁਸ਼ਟੀ ਦੇ ਚਲਾਉਣ ਵਾਸਤੇ ਮੇਰੇ ਖਿਆਲ ਸਾਨੂੰ ਮਾਫੀ ਵੀ ਮੰਗਣੀ ਚਾਹੀਦੀ ਹੈ। ਵਿਲ ਮੂ ਟੂ ਦ ਨੈਕਸਟ ਇਸ਼ੂ ਨਾਓ। ਪੰਜਾਬ 'ਚ ਭਾਜਪਾ ਵੱਲੋਂ ਤਾਜ਼ੀਆਂ ਸਰਗਰਮੀਆਂ ਕੀ ਦਰਸਾਉਂਦੀਆਂ ਹਨ। ਬੜਾ ਕਲੀਅਰ ਹੈ ਜੀ। ਭਾਜਪਾ ਜਿਹੜਾ ਵਾ ਉਹਨਾਂ ਨੇ ਆਪਣੇ ਬੜੇ ਵੱਡੇ ਵੱਡੇ ਲੈਵਲ ਦੇ ਉੱਤੇ ਉਹਨੇ ਪੰਜਾਬ ਦੇ ਵਿੱਚ ਜਿਹੜੀ ਟਾਂਚਾ ਵਾ ਉਹਨੂੰ ਦੁਬਾਰਾ ਤੋਂ ਉਹਨਾਂ ਦਾ ਉਹਨਾਂ ਨੇ ਇਸ ਢਾਂਚੇ ਦਾ ਪੁਨਰਗਠਨ ਕੀਤਾ ਵਾ ਇਹਦਾ ਮਤਲਬ ਹੈ ਵੀ ਭਾਜਪਾ ਬੜੀ ਕਲੀਅਰਲੀ 2024 ਚੋਣਾਂ ਦੀ ਤਿਆਰੀ ਕਰ ਰਹੀ ਆ ਪਿਛਲੀਆਂ ਚੋਣਾਂ ਚ 2022 ਅਸੈਂਬਲੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤੀ ਕਾਮਯਾਬੀ ਨਹੀਂ ਮਿਲੀ ਸੋ ਇਸ ਕਰਕੇ ਉਹਨਾਂ ਨੇ ਹੁਣ ਤਿਆਰੀ ਜਿਹੜੀ ਵਿਡਨੀ ਸ਼ੁਰੂ ਕਰ ਦਿੱਤੀ ਆ ਔਰ ਸਟੇਟ ਯੂਨਿਟ ਦੀ ਟੋਟਲ ਰੀਆਰਗੇਨਾਈਜੇਸ਼ਨ ਹੋਈ ਆ ਪ੍ਰਧਾਨ ਤੇ ਉਹਨਾਂ ਨੇ ਅਸ਼ਨੀ ਸ਼ਰਮਨ ਨੂੰ ਰੱਖਿਆ ਜਿਹੜੇ ਪਠਾਨਕੋਟ ਤੋਂ ਬਤੌਰ ਐਮਐਲਏ ਜਿੱਤੇ ਸਨ ਪਰ ਉਸ ਤੋਂ ਇਲਾਵਾ ਜਿਹੜੀ ਨੈਸ਼ਨਲ ਐਗਜ਼ੀਕਟਿਵ ਆ ਉਹਦੇ ਵਿੱਚ ਦੋ ਪੰਜਾਬ ਦੇ ਦਿੱਗਜ ਨੇਤਾ ਜਿਹੜੇ ਕਾਂਗਰਸ ਦੇ ਨੇਤਾ ਰਹੇ ਨੇ ਉਹਨਾਂ ਨੂੰ ਲਿਆਵਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਇੱਥੇ ਮੁੱਖ ਮੰਤਰੀ ਰਹੇ ਨੇ ਦੋ ਵਾਰੀ ਮੁੱਖ ਮੰਤਰੀ ਬਣੇ ਨੇ ਔਰ ਉਹਦੇ ਨਾਲ ਨਾਲ ਸੁਨੀਲ ਜਾਖੜ ਨੂੰ ਜਿਹੜੇ ਕਾਂਗਰਸ ਦੇ ਪ੍ਰਧਾਨ ਸੀ ਦੋਵੇਂ ਭਾਜਪਾ ਸ਼ਾਮਲ ਹੋ ਗਏ ਕੁਝ ਮਹੀਨੇ ਪਹਿਲਾਂ ਔਰ ਇਹ ਦੋਵੇਂ ਹੁਣ ਨੈਸ਼ਨਲ ਐਗਜ਼ੀਕਟਿਵ ਦੇ ਮੈਂਬਰ ਨੇ ਭਾਜਪਾ ਦੇ ਉਸ ਤੋਂ ਇਲਾਵਾ ਜਿਹੜੇ ਉਹਨਾਂ ਨੇ 11 ਵਾਈਸ ਪ੍ਰੈਜ਼ੀਡੈਂਟ ਬਣਾਇਆ ਭਾਜਪਾ ਨੇ ਉਨ੍ਹਾਂ ਦੇ ਵਿੱਚੋਂ 6 ਉਹ ਨੇ ਜਿਹੜੇ ਕਾਂਗਰਸ ਤੋਂ ਵਿੱਚੋਂ ਭਾਜਪਾ ਦੇ ਵਿੱਚ ਗਏ ਆ। ਸੋ ਭਾਜਪਾ ਨੇ ਅੱਧੇ ਇੱਕ ਬੰਦੇ ਤੇ ਆਪਣੇ ਰੀਟੇਨ ਕੀਤੇ ਆ ਔਰ ਅੱਧੇ ਇੱਕ ਬੰਦੇ ਕਾਂਗਰਸ ਤੋਂ ਜਿਹੜੇ ਆਏ ਆ ਉਹ ਲੈ ਆ। ਇੱਕ ਭਾਜਪਾ ਨੇ ਇਹ ਕਰਨ ਕਰਨ ਲੱਗਿਆ ਇੱਕ ਬੜੀ ਵੱਡੀ ਆਪਣੀ ਪਾਲਿਸੀਜ਼ ਦੇ ਵਿੱਚ ਤਬਦੀਲੀ ਕੀਤੀ ਆ। ਹੁਣ ਤੱਕ ਜਿਹੜੇ ਪੁਰਾਣੇ ਜਨਸੰਗ ਦੇ ਮੈਂਬਰ ਸੀ ਜਾਂ ਜਿਨ੍ਹਾਂ ਨੇ ਆਰਐਸਐਸ ਦੇ ਕਾਡਰ ਮੈਂਬਰਸ ਨੇ ਉਹਨਾਂ ਨੂੰ ਹੀ ਭਾਜਪਾ ਦੇ ਵਿੱਚ ਉੱਚੀਆਂ ਪਦਵੀਆਂ ਦਿੰਦੇ ਆ। ਲੇਕਿਨ ਹੁਣ ਉਹਨਾਂ ਨੇ ਕਾਂਗਰਸ ਤੋਂ ਜਿਹੜੇ ਲੋਕ ਆਏ ਆ ਉਹਨਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਵਾ ਇਹਦਾ ਮਤਲਬ ਆ ਉਹ ਚਾਹੁੰਦੇ ਆ ਕਿ ਇਹ ਲੀਡਰ ਜਿਹੜੇ ਆ ਇਹ ਭਾਜਪਾ 'ਚ ਰਹਿਣ ਇੱਕ ਤੇ ਵਾਪਸ ਕਾਂਗਰਸ ਦੇ ਵਿੱਚ ਨਾ ਚਲੇ ਜਾਣ ਜਿਨ੍ਹਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਵਾ ਉਹਨਾਂ ਦੇ ਵਿੱਚ ਜੈਂਦਰ ਕੌਰ ਕੈਪਟ ਨਮਰਿੰਦਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਜਿਹੜੇ ਐਮਪੀ ਨੇ ਪਟਿਆਲੇ ਤੋਂ ਉਹਨਾਂ ਦੀ ਬੇਟੀ ਰਾਜਕੁਮਾਰ ਵੇਰਕਾ ਅ ਅੰਮ੍ਰਿਤਸਰ ਤੋਂ ਜਿਹੜੇ ਐਮਐਲਏ ਸੀ ਪਹਿਲਾਂ ਕੇਵਲ ਪਿਲੋ ਸਾਬਕਾ ਐਮਐਲਏ ਫਤਿਹ ਜੰਗ ਬਾਜਵਾ ਸਾਬਕਾ ਐਮਐਲਏ ਅਰਵਿੰਦ ਖੰਨਾ ਸਾਬਕਾ ਐਮਐਲਏ ਔਰ ਜਨਰਲ ਸੈਕਟਰੀ ਗੁਰਪ੍ਰੀਤ ਕਾਂਗੜ ਨੂੰ ਜੇ ਬਾਕੀ ਜਨਰਲ ਸੈਕਟਰੀਜ਼ ਨੇ ਉਹਨਾਂ ਦੇ ਨਾਲ ਨਾਲ ਗੁਰਪ੍ਰੀਤ ਕਾਂਗੜ ਨੂੰ ਵੀ ਜਨਰਲ ਸੈਕਟਰੀ ਬਣਾਇਆ ਕਮਰਵੀ ਟੋਰਾ ਜਿਹੜੇ ਦੋਤੇ ਨੇ ਅ ਗੁਰਚਰਨ ਸਿੰਘ ਟੋਰਾ ਦੇ ਉਹਨਾਂ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਆ ਇਹਦੇ ਨਾਲ ਜੈਵੀਰ ਸ਼ਿਰਗਿਲ ਜਿਹੜੇ ਸਪੋਕਸ ਪਰਸਨ ਸੀ ਨੌਜਵਾਨ ਨੇ ਬਹੁਤ ਅੱਛੇ ਸਪੋਕਸ ਪਰਸਨ ਸੀ ਕਾਂਗਰਸ ਦੇ ਉਹ ਹੁਣ ਭਾਜਪਾ ਦੇ ਸਪੋਕਸ ਪਰਸਨ ਬਣ ਗਏ ਹੁਣ ਪਤਾ ਨਹੀਂ ਉਹ ਕਿਵੇਂ ਪਹਿਲਾਂ ਕਾਂਗਰਸ ਦੀ ਵੱਲੋਂ ਪਾਰੀ ਖੇਡਦੇ ਰਹੇ ਤੇ ਹੁਣ ਕਿਵੇਂ ਭਾਜਪਾ ਵੱਲੋਂ ਪਾਰੀ ਖੇਡਣਗੇ ਪਰ ਫਿਰ ਵੀ ਇੱਕ ਮੇਰਾ ਖਿਆਲ ਹੈ ਕਾਂਗਰਸ ਵਾਸਤੇ ਵੱਡਾ ਲਾਸ ਹੈ ਔਰ ਭਾਜਪਾ ਵਾਸਤੇ ਇਹ ਵੱਡਾ ਗੇਨ ਹੈ ਸੋ ਭਾਜਪਾ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਤਬਦੀਲੀਆਂ ਜਿਹੜੀਆਂ ਵਾਂ 2024 ਚੋਣਾਂ ਨੂੰ ਕੀਤੀਆਂ ਵਾਂ ਇਹਦਾ ਮਤਲਬ ਹੈ ਕਿ ਉਹਨਾਂ ਨੇ ਹੁਣੇ ਤੋਂ ਆਲਮੋਸਟ ਡੇਢ ਸਾਲ ਪਹਿਲਾਂ 2024 ਲੋਕ ਸਭਾ ਚੋਣਾਂ ਵਾਸਤੇ ਆਪਣੀ ਤਿਆਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹਦਾ ਮਤਲਬ ਹੈ ਉਹ ਵਾਕਈ ਸੀਰੀਅਸ ਹੋ ਕੇ ਪੰਜਾਬ ਦੇ ਵਿੱਚ ਚੋਣਾਂ ਲੜਨਗੇ ਉਨਾਪਾ ਨੈਕਸਟ ਇਸ਼ੂ ਤੇ ਆਨੇ ਹੁਣ ਤੱਕ ਪੰਜਾਬ ਚੋਣਾਂ ਚ ਭਾਜਪਾ ਦੀ ਕਿਹੋ ਜਿਹੀ ਰਹੀ ਕਾਰਗੁਜ਼ਾਰੀ ਹੁਣ ਤੱਕ ਜਿੰਨੀਆਂ ਉਹਨਾਂ ਨੇ ਚੋਣਾਂ ਲੜੀਆਂ માં ਕੋਈ ਬਹੁਤ ਜ਼ਿਆਦਾ ਹੁਣ ਤੱਕ ਭਾਜਪਾ ਨੂੰ ਕਾਮਯਾਬੀ ਨਹੀਂ ਮਿਲੀ ਇਹ ਜ਼ਰੂਰ ਹੈ ਕਿ ਜਦੋਂ ਅਕਾਲੀ ਦਲ ਦੇ ਨਾਲ 1997 ਤੋਂ ਲੈ ਕੇ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ ਉਹ ਚੋਣਾਂ ਲੜਦੇ ਰਹੇ ਆ ਉਹਦੇ ਚ ਉਹਨਾਂ ਨੂੰ ਕੁਝ ਸੀਟਾਂ ਹਾਸਲ ਹੁੰਦੀਆਂ ਰਹੀਆਂ ਵਾਂ ਔਰ ਔਰ ਅਕਾਲੀ ਦਲ ਦੀ ਸਰਕਾਰ ਵੀ ਉਸ ਤੋਂ ਬਾਅਦ ਤਿੰਨ ਵਾਰੀ ਬਣ ਚੁੱਕੀ ਆ ਸੋ ਉਹਦੇ ਜ਼ਰੂਰ ਯੋਗਦਾਨ ਸੀ ਪਰ ਨਾਰਮਲੀ ਜਿਹੜੀਆਂ ਉਹਨਾਂ ਨੂੰ ਸੀਟਾਂ ਮਿਲਦੀਆਂ ਵਾ ਉਹ 2 ਤੋਂ ਲੈ ਕੇ 19 ਸੀਟਾਂ 117 ਸੀਟਾਂ ਦੇ ਵਿੱਚੋਂ ਅਸੈਂਬਲੀ ਸੀਟਾਂ ਦੀ ਗੱਲ ਕਰ ਰਿਹਾ ਮੈਂ 2 ਤੋਂ ਲੈ ਕੇ 19 ਸੀਟਾਂ ਦੇ ਵਿਚਕਾਰ ਉਹਨਾਂ ਨੂੰ ਮਿਲਦੀਆਂ ਰਹੀਆਂ ਵਾ ਸਭ ਤੋਂ ਘੱਟ 2022 ਮਿਲੀਆਂ ਸਿਰਫ 2 ਸੀਟਾਂ ਇਸ ਤੋਂ ਪਹਿਲਾਂ ਤਿੰਨ ਸੀਟਾਂ ਮਿਲੀਆਂ ਉਹਨਾਂ ਨੂੰ 2017 ਦੇ ਵਿੱਚ ਲੇਕਿਨ 2000 ਔਰ 1997 ਦੇ ਵਿੱਚ ਭਾਜਪਾ ਦਾ ਪਰਫਾਰਮੈਂਸ ਬਹੁਤ ਚੰਗਾ ਸੀ ਅਕਾਲੀ ਦਲ ਦੇ ਨਾਲ ਗੱਠ ਜੋੜ ਸੀ ਉਹਨਾਂ ਦਾ ਪਰ 18 ਸੀਟਾਂ ਉਹਦੇ ਜਿੱਤੀਆਂ ਸੀ ਉਹਨਾਂ ਨੇ ਔਰ ਇਸੇ ਤਰ੍ਹਾਂ 2007 ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠ ਜੋੜ ਸੀ ਪਰ 19 ਸੀਟਾਂ ਜਿੱਤੀਆਂ ਸੋ ਭਾਜਪਾ ਦਾ ਮੰਨਣਾ ਵਾ ਕਿ ਜਿਹੜੀ 1997 ਔਰ 2007 ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਬਣੀ ਆ ਤੇ ਉਹ ਭਾਜਪਾ ਕਰਕੇ ਹੀ ਬਣੀ ਆ ਔਰ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਜਿਹੜਾ ਬੰਨ ਦਾ ਹੱਕ ਸੀ ਉਹਦੋਂ ਨਹੀਂ ਦਿੱਤਾ ਗਿਆ ਡਿਪਟੀ ਸੀਐਮ ਉਸ ਵੇਲੇ ਭਾਜਪਾ ਦਾ ਹੋਣਾ ਚਾਹੀਦਾ ਸੀ ਲੇਕਿਨ ਅਕਾਲੀ ਦਲ ਨੇ ਇਹ ਨਹੀਂ ਬਣਾਇਆ 2022 ਚੋਣਾਂ ਉਹਨਾਂ ਨੇ ਪਹਿਲੀ ਵਾਰੀ 1997 ਤੋਂ ਬਾਅਦ ਅਕਾਲੀ ਦਲ ਤੋਂ ਅੱਡ ਹੋ ਕੇ ਚੋਣ ਲੜੀ ਉਦੋਂ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਦੇ ਰਾਮਲਦਰ ਸਿੰਘ ਦੀ ਪਾਰਟੀ ਉਹਦੇ ਨਾਲ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜੀ ਸੁਦੇਵ ਸਿੰਘ ਢੀਂਡਸਾ ਉਹਨਾਂ ਦੀ ਪਾਰਟੀ ਆ ਉਹਦੇ ਨਾਲ ਚੜ੍ਹ ਕੇ ਚੋਣਾਂ ਲੜੀਆਂ ਜ਼ਿਆਦਾ ਸੀਟਾਂ ਭਾਜਪਾ ਨੇ ਲੜੀਆਂ 73 ਦੇ ਕਰੀਬ ਲੇਕਿਨ ਕੋਈ ਬਹੁਤੀ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ ਸਿਰਫ 2 ਸੀਟਾਂ ਹੀ ਲੈ ਸਕੇ ਹੁਣ ਤੱਕ ਜਿਹੜੀ ਵੋਟ ਪਰਸੈਂਟੇਜ ਆ ਉਹ ਕਾਂਗਰਸ ਨੂੰ 6 ਤੋਂ ਲੈ ਕੇ ਤੇ 1.16% ਤੱਕ ਵੋਟ ਪਰਸੈਂਟੇਜ ਮਿਲਦੀ ਰਹੀ ਹੈ 1.16% ਮਿਲਦੀ ਸੀ 92 ਦੇ ਵਿੱਚ ਤੋਂ ਉਹਨਾਂ ਨੇ ਇਕੱਲੀਆਂ ਚੋਣਾਂ ਲੜੀਆਂ ਸੀ ਆਲਮੋਸਟ ਸ਼ਾਰਟ ਸੀਟਾਂ ਤੇ ਇਕੱਲੇ ਉਹ ਇਲੈਕਸ਼ਨ ਉਹਨੇ ਲੜੀ ਸੀ ਲੇਕਿਨ ਲੋਕ ਸਭਾ ਦੇ ਵਿੱਚ ਭਾਜਪਾ ਨਾਰਮਲੀ ਪਿਛਲੀਆਂ ਦੋ ਤਿੰਨ ਇਲੈਕਸ਼ਨਾਂ ਵੇਖੀਏ ਤੇ ਇੱਕ ਜਾਂ ਦੋ ਸੀਟਾਂ ਹਮੇਸ਼ਾ ਜਿੱਤਦੀ ਰਹੀ ਹੈ ਪਿਛਲੀ ਵਾਰੀ 19 2019 ਦੇ ਵਿੱਚ ਦੋ ਸੀਟਾਂ 2014 ਦੇ ਵਿੱਚ ਦੋ ਸੀਟਾਂ 2009 ਦੇ ਵਿੱਚ ਇੱਕ ਸੀਟ ਉਹਨਾਂ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਦੀ ਸੀਟ ਜਿੱਤੀ ਸੀ ਸੋ ਆਰ ਵੋਟ ਪਰਸੈਂਟੇਜ ਵੀ ਉੱਥੇ ਹੀ 6 ਤੋਂ ਲੈ ਕੇ 10% ਤੱਕ ਉਹਨਾਂ ਦੀ ਵੋਟ ਪਰਸੈਂਟੇਜ ਵਿੱਚ ਬੰਦੀ ਰਹੀ ਹੈ ਉਹਨਾਂ ਦੀ ਹੁਣ ਦੇਖਦੇ ਆ ਕਿ ਐਰਕੀ ਜਿਹੜੀਆਂ ਚੋਣਾਂਵਾਂ ਜਿਉਂ ਤਿਆਰੀ ਉਹ ਵੱਡੇ ਪੱਦਰ ਦੇ ਉੱਤੇ ਤਿਆਰੀ ਕਰ ਰਹੇ ਆ ਇਹਦੇ ਚ ਉਹਨਾਂ ਦਾ ਪਰਫਾਰਮੈਂਸ ਕਿਹੋ ਜਿਹਾ ਹੋਊਗਾ ਐਰਕੀ ਸ਼ਾਇਦ ਇਕੱਲੇ ਇਲੈਕਸ਼ਨ ਲੜਨ ਦੀ ਤਿਆਰੀ ਦੇ ਵਿੱਚ ਇਸ ਵੇਲੇ ਉਹ ਲੱਗਦੇ ਆ ਮੂਵਸ ਟੂ ਦ ਲਾਸਟ ਕੁਐਸਚਨ 2024 ਲੋਕ ਸਭਾ ਚੋਣਾਂ ਵਾਸਤੇ ਪੰਜਾਬ 'ਚ ਕੀ ਹੈ ਭਾਜਪਾ ਦੀ ਵਿਉਤਬੰਦੀ ਦੇਖੋ ਉਹਨਾਂ ਦੀ ਕੋਸ਼ਿਸ਼ ਹੈ ਭਾਜਪਾ ਦੀ ਬੜੀ ਕਲੀਅਰ ਹੈ ਕਿ ਜਿਵੇਂ ਹਰਿਆਣਾ ਦੇ ਵਿੱਚ ਬਹੁਤ ਤਮਾਕੇਦਾਰ ਐਂਟਰੀ ਉਹਨਾਂ ਨੇ ਕੀਤੀ ਸੀ 2014 ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੈ ਕਿ ਉਸ ਤਰ੍ਹਾਂ ਦੀ ਐਂਟਰੀ ਇੱਥੇ ਵੀ ਉਹ ਕਰ ਸਕਣ 2014 ਤੋਂ ਪਹਿਲਾਂ ਭਾਜਪਾ ਦੀਆਂ ਕਿੰਨੀਆਂ ਸੀਟਾਂ ਸੀ ਹਰਿਆਣਾ 'ਚ 4 ਲੇਕਿਨ ਉਹਦੋਂ 47 ਸੀਟਾਂ ਲੈ ਕੇ ਮਨੋਰ ਲਾਲ ਖੱਟਰ ਵਾਲੀ ਸਰਕਾਰ ਬਣੀ ਸੋਨਨ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਹੁਣ ਤੱਕ ਪਰਫਾਰਮੈਂਸ ਇਹੋ ਹੀ ਆ 2 3 4 ਸੀਟਾਂ 5 ਸੀਟਾਂ ਪਿਛਲੀਆਂ 2 3 ਚੋਣਾਂ ਦੇ ਵਿੱਚ ਸੈਂਟਰੀ ਸੀਟਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਮਿਲੀਆਂ ਉਹਨਾਂ ਨੂੰ ਲੱਗਦਾ ਵਾ ਕਿ ਅਸੀਂ ਵਾਕਈ ਪਰਫਾਰਮੈਂਸ ਚੰਗਾ ਕਰ ਸਕਦੇ ਹਾਂ ਔਰ ਤਿਆਰੀ ਇਸੇ ਤਰ੍ਹਾਂ ਦੀ ਹੋ ਕਰ ਰਹੀ ਆ ਅ ਜਿਹੜੀਆਂ ਸ਼ਹਿਰੀ ਸੀਟਾਂ ਵਾਂ ਉਹਨਾਂ ਦੇ ਵਿੱਚ ਭਾਜਪਾ ਦੀ ਵੋਟ ਹੈ ਔਰ ਹੁਣ ਵੀ ਮੇਰੇ ਖਿਆਲਿਆ ਜ਼ਿਆਦਾ ਉਹ ਸ਼ਹਿਰੀ ਸੀਟਾਂ ਹੀ ਟਾਰਗੇਟ ਕਰਨਗੇ ਦੇਖੋ ਹਸ਼ਾਰਪੁਰ ਉਹ ਪਿਛਲੀਆਂ ਚੋਣਾਂ ਵੀ ਲਗਾਤਾਰ ਉੱਥੇ ਚੋਣਾਂ ਜਿੱਤੇ ਰਹੇ ਹੁਸ਼ਾਰਪੁਰ ਦੇ ਵਿੱਚ ਸੋਮਪ੍ਰਕਾਸ਼ ਜਿਹੜੇ ਕੇਂਦਰ ਚ ਮੰਤਰੀ ਨੇ ਉਹ ਵੀ ਉੱਥੋਂ ਦੇ ਨੇ ਵਿਜੇ ਸੰਪਲਾ ਵੀ ਉੱਥੋਂ ਦੇ ਨੇ ਟਿਕਸ਼ਨ ਸੂਧ ਵੀ ਉੱਥੋਂ ਦੇ ਨੇ ਸੋ ਹੁਸ਼ਾਰਪੁਰ ਤੇ ਸੀਟ ਉਹਨਾਂ ਦੀ ਪੋਜੀਸ਼ਨ ਬਹੁਤ ਅੱਛੀ ਆ ਇਸ ਤੋਂ ਇਲਾਵਾ ਗੁਰਦਾਸਪੁਰ ਸੀਟ ਜਿਹੜੀ ਉਹਨਾਂ ਨੇ 14 ਚ ਵੀ ਜਿੱਤੀ 19 ਚ ਵੀ ਜਿੱਤੀ ਔਰ ਅ ਅਸ਼wini ਸ਼ਰਮਾ ਪਠਾਨਕੋਟ ਦੇ ਜਿਹੜੇ ਐਮਐਲਏ ਨੇ ਪਠਾਨਕੋਟ ਵੀ ਗੁਰਦਾਸਪੁਰ ਲੋਕ ਸਭਾ ਸੀਟ ਚੋਂ ਦਾ ਵਾ ਫਤਿਹਜੰਗ ਬਾਜਵਾ ਜਿਨੇ ਭਾਜਪਾ ਜੁਆਇਨ ਕੀਤੀ ਆ ਉਹ ਕਾਦੀਆਂ ਤੋਂ ਐਮਐਲਏ ਰਹੇ ਨੇ ਬਟਾਲਾ ਤੋਂ ਵੀ ਇਲੈਕਸ਼ਨ ਖੜੇ ਹੋਏ ਆ ਹਰਗੋਬਿੰਦਪੁਰ ਤੋਂ ਵੀ ਇਲੈਕਸ਼ਨ ਖੜੇ ਹੋਏ ਆ ਸੋ ਉਹਨਾਂ ਦੀ ਵੀ ਵੋਟ ਉੱਥੇ ਜ਼ਰੂਰ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਲੱਗਦਾ ਵਾ ਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਹਿੰਦੂ ਭਾਈਚਾਰੇ ਦੀ ਵੋਟ ਆ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ ਹਿੰਦੂਤੋਂ ਦੇ ਨਾਂ ਤੇ ਔਰ ਉੱਥੇ 2009 ਦੇ ਵਿੱਚ ਨਵਜੋਤ ਸਿੱਧੂ ਭਾਜਪਾ ਵੱਲੋਂ ਜਿੱਤੇ ਵੀ ਸੀ ਸੋ ਉੱਥੇ ਰਾਜਕੁਮਾਰ ਵੇਰਕਾ ਜਿਹੜੇ ਕਾਂਗਰਸ ਛੱਡ ਕੇ ਭਾਜਪਾ 'ਚ ਗਏ ਆ ਰਾਜਕੁਮਾਰ ਵੇਰਕਾ ਅੰਮ੍ਰਿਤਸਰ ਵਿਸਤੋਂ ਐਮਐਲਏ ਸਨ ਉਹਨਾਂ ਦਿਨ ਨਾਲ ਹੋਰ ਦਲਿਤ ਵੋਟ ਵੀ ਅੰਮ੍ਰਿਤਸਰ ਲੋਕ ਸਭਾ ਹਲਕੇ ਆ ਸਕਦੀਆ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਉਹਨਾਂ ਕੋਲ ਕਈ ਚੰਗੇ ਕਦਵਾਰ ਲੀਡਰ ਨੇ ਨਮੂਨਜ਼ਨ ਕਾਲੀਆ ਜਿਹੜੇ ਜਲੰਧਰ ਸੈਂਟਰਲ ਤੋਂ ਐਮਐਲਏ ਰਹੇ ਨੇ ਕੇਡੀ ਭੰਡਾਰੀ ਜਲੰਧਰ ਨਾਰਥ ਤੋਂ ਮਹਿੰਦਰ ਭਗਤ ਜਲੰਧਰ ਵੈਸਟ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ ਸੋ ਜਲੰਧਰ ਉਹਨਾਂ ਦੀ ਕਾਫੀ ਪਾਜਪਾ ਨੂੰ ਕਾਫੀ ਉਹਨਾਂ ਨੂੰ ਹੋ ਪਿਆ ਜਲੰਧਰ ਦੇ ਚੰਗਾ ਪਰਫਾਰਮੈਂਸ ਕਰਨਗੇ ਪਟਿਆਲਾ ਚ ਵੀ ਉਹ ਕਾਫੀ ਟਾਰਗੇਟ ਕਰ ਰਿਹਾ ਪਟਿਆਲਾ ਦੇ ਵਿੱਚ ਉਹਨਾਂ ਨੂੰ ਲੱਗਦਾ ਵਾ ਕਿ ਸ਼ਹਿਰੀ ਵੋਟ ਤੇ ਹੈ ਹੀ ਉਹਦੇ ਨਾਲ ਨਾਲ ਜੈਹਿੰਦਰ ਅਮਰਿੰਦਰ ਸਿੰਘ ਪਨੀਥਕੌਰ ਉਹ ਕਾਫੀ ਵੋਟ ਪਾਜਪਾ ਨੂੰ ਪਵਾ ਸਕਣਗੇ ਇਹਦੇ ਨਾਲ ਨਾਲ ਕਮਰਵੀਰ ਤੋੜਾ ਤੋੜਾ ਪਰਿਵਾਰ ਦਾ ਵੀ ਇਨਫਲੂਐਂਸ ਉੱਥੇ ਜ਼ਰੂਰ ਹੈ ਸੋ ਪਰ ਪੁਆਇੰਟ ਹੈ ਆਪੀ ਲੀਡਰ ਤੇ ਤੁਸੀਂ ਲੈ ਲੇ ਹੁਣ ਗਰਾਸ ਰੂਟਸ ਤੇ ਕਿੰਨਾ ਕੰਮ ਕਰੋਗੇ ਪਾਈ ਬਨੇ ਡਿਊਟੀ ਤੇ ਲਈ ਹੈ ਜਿਹੜੇ ਕੇਂਦਰ ਦੇ ਮੰਤਰੀ ਆ ਤਿੰਨ ਤਿੰਨ ਮੰਤਰੀਆਂ ਦੀ ਡਿਊਟੀ ਲਈ ਵੀ ਤੁਸੀਂ ਤੁਹਾਨੂੰ ਹਲਕੇ ਵੰਡਤੇ ਆ ਤੁਸੀਂ ਹਲਕਿਆਂ ਦੇ ਵਿੱਚ ਟਾਈਮ ਸਪੈਂਡ ਕਰਨਾ ਵਾ ਲੇਕਿਨ ਕਿੰਨਾ ਕੋ ਆਪਣੇ ਗ੍ਰਾਸ ਰੂਟਸ ਤੇ ਕੰਮ ਕਰ ਸਕਣਗੇ ਕਿੰਨੇ ਕੁ ਲੋਕਾਂ ਨੂੰ ਆਪਣੇ ਵੱਲ ਜਿੱਤ ਸਕਣਗੇ ਪਿੰਡਾਂ ਦੀ ਵੋਟ ਸਿੱਖ ਵੋਟ ਕਿੰਨੀ ਭਾਜਪਾ ਨੂੰ ਪਹੂਗੀ ਇਹ ਬਹੁਤ ਵੱਡਾ ਸਵਾਲ ਆ ਪਰ ਇਸ ਵੇਲੇ ਕੋਸ਼ਿਸ਼ ਜ਼ਰੂਰ ਆ ਭਾਜਪਾ ਦੀ ਔਰ ਮੇਰਾ ਖਿਆਲ ਆ ਅ ਕਾਫੀ ਕੁਝ ਡਿਪੈਂਡ ਕਰੂਗਾ ਪੀ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਪਾਲਿਸੀਜ਼ ਕਿਹੋ ਜੀਆਂ ਹੁਣ ਗਿਆ ਕਿਹੋ ਜੀਆਂ ਪਾਲਿਸੀਜ਼ ਉਹ ਲੈ ਕੇ ਆਉਣਗੇ ਔਰ ਪਾਜਪਾ ਦੀ ਕੋਸ਼ਿਸ਼ ਜ਼ਰੂਰ ਹੈ ਪੀ ਇਹ ਜਿਹੜੀਆਂ ਸ਼ਹਿਰੀ ਸੀਟਾਂ ਵਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਇਹ ਸੀਟਾਂ ਦੇ ਨਾਲੋਂ 13 ਦੇ ਵਿੱਚੋਂ 4-5 ਸੀਟਾਂ ਜੀ ਉਹ ਕੱਢ ਗਏ ਤੇ ਉਹਨਾਂ ਨੂੰ ਲੱਗਦਾ ਵਾ ਕਿ ਬਹੁਤ ਵੱਡਾ ਆ ਮਾਰ ਕਾ ਮਾਰਨਗੇ ਔਰ ਮੇਰ ਖਿਆਲ ਹੈ ਕਾਂਗਰਸ ਦੀ ਵੋਟ ਉਹਨਾਂ ਦੀ ਖਿਚਣ ਦੀ ਤਿਆਰੀ ਹੈ ਕਿਉਂਕਿ ਇਹ ਸਾਰੇ ਕਾਂਗਰਸ ਦੇ ਹੀ ਲੀਡਰ ਹਨ ਉਹਨਾਂ ਨੂੰ ਇਹ ਵੀ ਲੱਗਦਾ ਵਾ ਕਿ 2024 ਤੱਕ ਆਪ ਦੇ ਖਿਲਾਫ ਐਂਟੀ ਕਮਨਸਿ ਸੱਤਾ ਦੇ ਖਿਲਾਫ ਲਹਿਰ ਬਹੁਤ ਸਟਰੋਂਗ ਹੋ ਜੂ ਉਦੋਂ ਤੱਕ ਸੋ ਇਹ ਵੀ ਹੋ ਸਕਦਾ ਵਾ ਕਿ ਕੇਂਦਰ ਆਮ ਆਦਮੀ ਪਾਰਟੀ ਵਾਸਤੇ ਮੁਸ਼ਕਲਾਂ ਵੀ ਅਗਲੇ ਸਾਲ ਖੜੀਆਂ ਕਰੇ ਸੋ ਉਹਦੇ ਨਾਲ ਉਹਨਾਂ ਨੂੰ ਲੱਗਦਾ ਵਾ ਕਿ ਭਾਜਪਾ ਜਿਹੜਾ ਵਾ ਉਹਦੇ ਚਾਂਸਸ 2024 ਚ ਹੋਰ ਬੈਟਰ ਹੋ ਜਾਣਗੇ ਸੋ ਅੱਜ ਵਾਸਤੇ ਐਨਆਈ ਮੈਂ ਹੁਣ ਓਵਰਵਿਊ ਖਤਮ ਕਰਨ ਦੀ ਤਰਫ ਤੋਂ ਲੈ ਰਿਹਾ ਮੈਂ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਹੈਲੋ 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 ਬਾਹਰ ਵੱਸਦੇ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਲਈ ਵਤਨੋਂ ਪਾਰ ਵੱਸਦਿਆਂ ਨੂੰ ਆਪਣੀ ਮਿੱਟੀ ਦੀ ਝਲਕ ਦੇਣ ਲਈ ਖਬਰ ਹੀ ਨਹੀਂ ਉਸ ਦੀ ਤਹ ਤੱਕ ਜਾ ਕੇ ਸਚਾਈ ਤੁਹਾਡੇ ਤੱਕ ਪਹੁੰਚਾਉਣ ਲਈ ਤੁਹਾਡੀ ਆਵਾਜ਼ ਤੁਹਾਡੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਮੋੜ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਹੋਸਟ ਉੱਗੇ ਪੱਤਰਕਾਰ ਕਮਰ ਸੰਧੂ ਇਹ ਸ਼ੋਅ ਯਸਰੀ ਲਾਈਵ ਟੈਲੀਕਾਸਟ ਕਰ ਇੱਕ ਬਾਰ ਫੇਰ ਤੋਂ ਪੇਸ਼ ਕਰ ਰਹੇ ਹਨ ਸਤਿ ਸ੍ਰੀ ਅਕਾਲ ਮੈਂ ਹਾਂ ਕਮਰ ਸੰਧੂ ਕਿਉਂਕਿ ਇਹ ਕਾਲਿੰਗ ਸ਼ੋਅ ਤੁਸੀਂ ਵੀ ਇਹਦੇ ਹਿੱਸਾ ਲੈ ਸਕਦੇ ਜੇ ਹੈਲੋ ਗਲੋਬਲ ਪੰਜਾਬ ਸਮਾਜ ਦੀ ਹਰ ਖਬਰ ਤੇ ਨਜ਼ਰ ਹੀ ਨਹੀਂ ਡੂੰਘਾਈ ਨਾਲ ਪਰਚੋਲ ਦਾ ਓਵਰਵਿਊ ਕਾਮਰ ਸੰਦੂ ਦੇ ਨਾਲ